ਫਾਜ਼ਿਲਕਾ ਦੇ ਹੋਲੀ ਹਾਰਟ ਡੇ ਬੋਰਡਿੰਗ ਪਬਲਿਕ ਸਕੂਲ ਦੇ ਵਿੱਚ ਹਰਸ਼ੋਲਾਸ ਦੇ ਨਾਲ ਮਨਾਇਆ ਗਿਆ ਐਨੂਅਲ ਡੇ ਘੋਸ਼ਿਤ ਕੀਤਾ ਗਿਆ। ਵਾਰਸ਼ਿਕ ਪ੍ਰੀਖਿਆ ਪਰਿਣਾਮ ਸਕੂਲ ਦੀ ਪ੍ਰਿੰਸੀਪਲ ਸ਼੍ਰੀਮਤੀ ਰੀਤੂ ਪੂਸਰੀ ਅਤੇ ਐਡਮਿਨਿਸਟ੍ਰੇਟਰ ਸ਼੍ਰੀਮਤੀ ਸ਼ਿਲਪਾ ਪੂਸਰੀ ਨੇ ਦਿੱਤੀਆਂ ਬੱਚਿਆਂ ਨੂੰ ਸ਼ੁਭਕਾਮਨਾਵਾਂ। ਫਾਜ਼ਿਲਕਾ ਦੇ ਹੋਲੀ ਹਾਰਟ ਡੇ ਬੋਰਡਿੰਗ ਪਬਲਿਕ ਸਕੂਲ ਦੇ ਵਿੱਚ ਅੱਜ ਵਾਰਸ਼ਿਕ ਪ੍ਰੀਖਿਆ ਪਰਿਣਾਮ ਘੋਸ਼ਿਤ ਕੀਤਾ ਗਿਆ ਅਤੇ ਹਰਸ਼ੋਲਾਸ ਦੇ ਨਾਲ ਐਨੂਅਲ ਡੇ ਵੀ ਮਨਾਇਆ ਗਿਆ। ਇਸ ਮੌਕੇ ਤੇ ਸਕੂਲ ਦੀ ਪ੍ਰਿੰਸੀਪਲ ਸ਼੍ਰੀਮਤੀ ਰੀਤੂ ਪੂਸਰੀ ਅਤੇ ਐਡਮਿਨਿਸਟ੍ਰੇਟਰ ਸ਼੍ਰੀਮਤੀ ਸ਼ਿਲਪਾ ਪੂਸਰੀ ਵੱਲੋਂ ਬੱਚਿਆਂ ਨੂੰ ਪ੍ਰੀਖਿਆ ਪਰਿਣਾਮ ਤੇ ਵਧਾਈ ਦਿੱਤੀ ਗਈ। ਇਸ ਦੇ ਨਾਲ ਹੀ ਉਹਨਾਂ ਦੇ ਉਜਵਲ ਭਵਿੱਖ ਦੀ ਕਾਮਨਾ ਵੀ ਕੀਤੀ ਗਈ। ਫਾਜ਼ਿਲਕਾ ਦੇ ਹੋਲੀ ਹਾਰਟ ਡੇ ਬੋਰਡਿੰਗ ਪਬਲਿਕ ਸਕੂਲ ਵੱਲੋਂ ਬੱਚਿਆਂ ਦਾ ਭਵਿੱਖ ਬਣਾਉਣ ਦੇ ਵਿੱਚ ਪੂਰੇ ਰੂਪ ਦੇ ਵਿੱਚ ਸਹਿਯੋਗ ਕੀਤਾ ਜਾ ਰਿਹਾ ਹੈ ਅਤੇ ਸਿੱਖਿਆ ਦੇ ਖੇਤਰ ਦੇ ਵਿੱਚ ਬੱਚਿਆਂ ਨੂੰ ਅੱਗੇ ਲਿਆਉਣ ਦੇ ਪ੍ਰਯਾਸ ਵੀ ਕੀਤੇ ਜਾ ਰਹੇ ਹਨ। ਸਕੂਲ ਦੇ ਵਿੱਚ ਪੂਰੇ ਰੂਪ ਦੇ ਨਾਲ ਬੱਚਿਆਂ ਨੂੰ ਸੁਵਿਧਾਵਾਂ ਵੀ ਦਿੱਤੀਆਂ ਜਾ ਰਹੀਆਂ। ਆਓ ਹੁਣ ਤੁਹਾਨੂੰ ਦਿਖਾਉਂਦੇ ਹਾਂ ਇੱਥੋਂ ਦਾ ਕਲਾਸਰੂਮ। ਦੇਖਿਆ ਤੁਸੀਂ ਕਿਸ ਤਰ੍ਹਾਂ ਦੇ ਨਾਲ ਇੱਥੇ ਕਲਾਸਰੂਮ ਨੂੰ ਸਜਾਇਆ ਗਿਆ। ਇਸ ਦੇ ਨਾਲ ਹੀ ਸਿੱਖਿਆ ਦੇ ਖੇਤਰ ਦੇ ਵਿੱਚ ਵਧੀਆ ਪ੍ਰੀਖਿਆ ਪਰਿਣਾਮ ਹੋਲੀ ਹਾਰਟ ਡੇ ਬੋਰਡਿੰਗ ਪਬਲਿਕ ਸਕੂਲ ਵੱਲੋਂ ਦਿੱਤੇ ਜਾ ਰਹੇ ਹਨ। 27 ਸਾਲ ਪਹਿਲਾਂ ਸ਼੍ਰੀਮਤੀ ਰੀਤੂ ਪੂਸਰੀ ਵੱਲੋਂ ਇੱਕ ਪੌਦਾ ਲਗਾਇਆ ਗਿਆ ਸੀ ਜੋ ਕਿ ਅੱਜ ਵੱਟ ਵਰਿਕਸ਼ ਦਾ ਰੂਪ ਬਣ ਚੁੱਕਿਆ ਅਤੇ ਸਕੂਲ ਵੱਲੋਂ ਵਧੀਆ ਪਰਿਣਾਮ ਦੇ ਕੇ ਬੱਚਿਆਂ ਦਾ ਉਜਵਲ ਭਵਿੱਖ ਵੀ ਬਣਾਇਆ ਜਾ ਰਿਹਾ ਹੈ। ਸ਼੍ਰੀਮਤੀ ਰੀਤੂ ਪੂਸਰੀ ਦੇ ਪ੍ਰਯਾਸਾਂ ਦੇ ਨਾਲ ਸਕੂਲ ਅੱਗੇ ਲਗਾਤਾਰ ਵੱਧਦਾ ਜਾ ਰਿਹਾ ਹੈ ਅਤੇ ਹੁਣ ਐਡਮਿਨਿਸਟ੍ਰੇਟਰ ਸ਼ਿਲਪਾ ਪੂਸਰੀ ਵੱਲੋਂ ਵੀ ਕਮਾਨ ਸੰਭਾਲ ਲਈ ਗਈ ਹੈ। ਵਾਰਸ਼ਿਕ ਪ੍ਰੀਖਿਆ ਪਰਿਣਾਮ ਘੋਸ਼ਿਤ ਕਰਨ ਦੇ ਮੌਕੇ ਤੇ ਮਨਾਏ ਗਏ ਐਨੂਅਲ ਡੇ ਦੇ ਵਿੱਚ ਬੱਚਿਆਂ ਦੇ ਨਾਲ ਨਾਲ ਉਹਨਾਂ ਦੇ ਮਾਪਿਆਂ ਲਈ ਵੀ ਕਾਰਜਕ੍ਰਮ ਆਯੋਜਿਤ ਕੀਤੇ ਗਏ ਅਤੇ ਕਈ ਗੇਮਸ ਵੀ ਇੱਥੇ ਖਿਲਾਈਆਂ ਗਈਆਂ। ਜਿੱਥੇ ਬੱਚਿਆਂ ਦੇ ਮਨੋਰੰਜਨ ਦੇ ਲਈ ਝੂਲੇ ਵਗੈਰਾ ਦਾ ਇੰਤਜ਼ਾਮ ਕੀਤਾ ਗਿਆ ਉੱਥੇ ਹੀ ਇੱਥੇ ਕਈ ਗੇਮਸ ਮਾਪਿਆਂ ਲਈ ਵੀ ਆਯੋਜਿਤ ਕੀਤੀਆਂ ਗਈਆਂ ਜਿਨ੍ਹਾਂ ਦਾ ਮਾਪਿਆਂ ਨੇ ਖੂਬ ਆਨੰਦ ਉਠਾਇਆ ਅਤੇ ਬੱਚਿਆਂ ਵੱਲੋਂ ਵੀ ਇੱਥੇ ਪੂਰਾ ਮਨੋਰੰਜਨ ਕੀਤਾ ਗਿਆ। बीमारी हम उसको बड़े आराम से अगर पेरेंट्स का साथ मिलते हैं तो दूर बसों दूर भगा देंगे। आज मैं सब पेरेंट्स का धन्यवाद करती हूँ, टीचर्स का धन्यवाद करती हूँ और बधाई के पात्र मेरे ये बच्चे हैं जिन्होंने पूरा साल कोरोना काल के अंदर टीचर्स को फॉलो करते हुए अपने मोबाइल से अपनी स्टडी की और मार्क्स फिर भी उन्होंने बहुत अच्छे लिए। तो मैं ये कहूँगी कि पेरेंट्स इसी तरह हमारा साथ दें तो लगता है कि ये होली हार्ट स्कूल पूरे पंजाब में अपना नाम कमाएगा। थैंक यू।
ਫਾਜ਼ਿਲਕਾ ਦੇ ਹੋਲੀ ਹਾਰਟ ਡੇ ਬੋਰਡਿੰਗ ਪਬਲਿਕ ਸਕੂਲ ਬਾਰੇ ਤੁਹਾਨੂੰ ਦੱਸ ਦਈਏ, ਇਹ ਸਕੂਲ CBSE ਨਵੀਂ ਦਿੱਲੀ ਤੋਂ ਐਫੀਲੇਟਿਡ ਹੈ ਅਤੇ ਸਕੂਲ ਦੇ ਵਿੱਚ ਉਚੇਰੀ ਸਿੱਖਿਆ ਬੱਚਿਆਂ ਨੂੰ ਪ੍ਰਦਾਨ ਕੀਤੀ ਜਾਂਦੀ ਹੈ। ਇਸ ਦੇ ਨਾਲ ਨਾਲ ਬੱਚਿਆਂ ਨੂੰ ਹਰ ਤਰ੍ਹਾਂ ਦੀ ਸੁਵਿਧਾ ਵੀ ਸਕੂਲ ਦੇ ਵਿੱਚ ਸਕੂਲ ਪ੍ਰਬੰਧਕਾਂ ਵੱਲੋਂ ਉਪਲਬਧ ਕਰਵਾਈ ਗਈ ਹੈ, ਜਿਵੇਂ ਕਿ ਟਰਾਂਸਪੋਰਟੇਸ਼ਨ ਸਿਸਟਮ ਦੇ ਜ਼ਰੀਏ ਬੱਚਿਆਂ ਨੂੰ ਘਰੋਂ ਲਿਆਉਣ ਅਤੇ ਘਰ ਵਾਪਸ ਛੱਡਣ ਦੇ ਪੂਰੇ ਇੰਤਜ਼ਾਮਾਤ ਇੱਥੇ ਕੀਤੇ ਗਏ ਹਨ। ਇਸ ਦੇ ਨਾਲ ਨਾਲ ਹੋਰ ਵੀ ਕਈ ਤਰ੍ਹਾਂ ਦੇ ਪ੍ਰਬੰਧ ਵੀ ਸਕੂਲ ਦੇ ਵਿੱਚ ਕੀਤੇ ਗਏ ਹਨ, ਜੋ ਕਿ ਦੂਜੇ ਸਕੂਲਾਂ ਨਾਲੋਂ ਕਾਫ਼ੀ ਵੱਖਰੇ ਹਨ। ਫਾਜ਼ਿਲਕਾ ਦੇ ਹੋਲੀ ਹਾਰਟ ਡੇ ਬੋਰਡਿੰਗ ਪਬਲਿਕ ਸਕੂਲ ਦੇ ਵਿੱਚ ਸੈਸ਼ਨ 2022-23 ਦੇ ਲਈ ਐਡਮਿਸ਼ਨ ਵੀ ਸਟਾਰਟ ਹੋ ਗਈਆਂ ਹਨ। ਸਕੂਲ ਦੇ ਸਟਾਫ ਵੱਲੋਂ ਇੱਥੇ ਬੱਚਿਆਂ ਦਾ ਉਜਵਲ ਭਵਿੱਖ ਬਣਾਇਆ ਜਾ ਰਿਹਾ ਹੈ ਅਤੇ ਸਕੂਲ ਦੀ ਪ੍ਰਿੰਸੀਪਲ ਸ਼੍ਰੀਮਤੀ ਰੀਤੂ ਪੂਸਰੀ ਅਤੇ ਐਡਮਿਨਿਸਟ੍ਰੇਟਰ ਸ਼੍ਰੀਮਤੀ ਸ਼ਿਲਪਾ ਪੂਸਰੀ ਵੱਲੋਂ ਬੱਚਿਆਂ ਨੂੰ ਉਚੇਰੀ ਸਿੱਖਿਆ ਪ੍ਰਦਾਨ ਕਰਕੇ ਉਹਨਾਂ ਦਾ ਭਵਿੱਖ ਬਣਾਉਣ ਦੇ ਵਿੱਚ ਪੂਰੀ ਮਿਹਨਤ ਵੀ ਕੀਤੀ ਜਾ ਰਹੀ ਹੈ। ਜੇਕਰ ਤੁਸੀਂ ਵੀ ਆਪਣੇ ਬੱਚਿਆਂ ਦਾ ਉਜਵਲ ਭਵਿੱਖ ਬਣਾਉਣਾ ਚਾਹੁੰਦੇ ਹੋ ਤਾਂ ਫਾਜ਼ਿਲਕਾ ਦੇ ਹੋਲੀ ਹਾਰਟ ਡੇ ਬੋਰਡਿੰਗ ਪਬਲਿਕ ਸਕੂਲ ਦੇ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਇਹਨਾਂ ਦੇ ਮੋਬਾਈਲ ਨੰਬਰ ਸਕਰੀਨ 'ਤੇ ਡਿਸਪਲੇ ਹੋ ਰਹੇ ਹਨ। ਆਓ ਹੁਣ ਤੁਹਾਨੂੰ ਲੈ ਚੱਲਦੇ ਹਾਂ ਸਕੂਲ ਦੀ ਪ੍ਰਿੰਸੀਪਲ ਸ਼੍ਰੀਮਤੀ ਰੀਤੂ ਪੂਸਰੀ ਦੇ ਕੋਲ ਅਤੇ ਜਾਣਦੇ ਹਾਂ ਕਿ ਉਹਨਾਂ ਵੱਲੋਂ ਕਿਸ ਤਰ੍ਹਾਂ ਦੇ ਪ੍ਰਯਾਸ ਕੀਤੇ ਜਾ ਰਹੇ ਹਨ। ਰੀਤੂ ਪੂਸਰੀ, ਪ੍ਰਿੰਸੀਪਲ ਹੋਲੀ ਹਾਰਟ ਬੋਰਡਿੰਗ ਪਬਲਿਕ ਸਕੂਲ ਫਾਜ਼ਿਲਕਾ। ਆਜ ਸਕੂਲ ਮੇਂ ਐਨੁਅਲ ਡੇ, ਐਨੁਅਲ ਰਿਜ਼ਲਟ ਡੇ ਸੈਲੀਬ੍ਰੇਟ ਕੀਤਾ ਜਾ ਰਿਹਾ ਹੈ। ਐਨੁਅਲ ਰਿਜ਼ਲਟ ਇਟ ਮੀਨਸ ਪੂਰਾ ਸਾਲ ਬੱਚੇ ਜੋ ਸਟੱਡੀ ਕਰਦੇ ਹੈ ਉਸਦਾ ਰਿਜ਼ਲਟ ਔਰਗੇਨਾਈਜ਼ ਕੀਤਾ ਗਿਆ, ਡਿਕਲੇਅਰ ਕੀਤਾ ਗਿਆ। ਔਰ ਉਸਕੇ ਸਾਥ ਸਾਥ ਬੜੇ ਟਾਈਮ 'ਚ ਪੇਰੈਂਟਸ ਸੇ ਹਮ ਮਿਲ ਨਹੀਂ ਪਾ ਰਹੇ, ਪੇਰੈਂਟਸ ਕੇ ਸਾਥ ਕੋਈ ਮਤਲਬ ਨਹੀਂ ਹੋ ਪਾ ਰਹੀ ਥੀ, ਤੋ ਹਮਨੇ ਇੱਕ ਪੇਰੈਂਟਸ ਕੇ ਐਂਟਰਟੇਨਮੈਂਟ ਕੇ ਲੀਏ ਵੀ ਕੁਛ ਗੇਮਸ ਰੱਖੀ ਹੈ, ਜਿਸਮੇ ਪੇਰੈਂਟਸ ਫੁੱਲ ਇੰਜੋਏ ਕਰ ਰਹੇ ਹੈ। ਬੜਾ ਅੱਛਾ ਲੱਗ ਰਿਹਾ ਸਕੂਲ ਮੇਂ, ਐਸਾ ਲੱਗ ਰਿਹਾ ਕਿ ਕੋਈ ਮੇਲਾ ਔਰਗੇਨਾਈਜ਼ ਕੀਤਾ ਗਿਆ। ਔਰ ਬੱਚੋਂ ਕੇ ਰਿਜ਼ਲਟ 'ਚ ਵੀ ਪੇਰੈਂਟਸ ਬਹੁਤ ਸੈਟਿਸਫਾਈ ਹੈ, ਕਿਉਂਕਿ ਪੇਰੈਂਟਸ ਸਭ ਸਮਝਦੇ ਹੈ ਕਿ ਕੋਰੋਨਾ ਕਾਲ ਮੇਂ ਜੋ ਬੱਚੇ ਕੁਛ ਪਿਛੜ ਵੀ ਗਏ ਹੈ, ਤੋ ਵੋ ਕਮੀ ਜੋ ਹੈ ਨੈਕਸਟ ਆਨੇ ਵਾਲੇ ਈਅਰ ਮੇਂ ਹਮ ਉਨਕੀ ਪੂਰੀ ਕਰੇਂਗੇ ਬੱਚੋਂ ਕੀ। ਮੈਂ ਪੇਰੈਂਟਸ ਕੀ ਅਤਿ ਧੰਨਵਾਦੀ ਵੀ ਹੂੰ, ਆਭਾਰੀ ਵੀ ਹੂੰ, ਕਿਉਂਕਿ ਪੇਰੈਂਟਸ ਨੇ ਕੋਰੋਨਾ ਕਾਲ ਮੇਂ ਹੋਲੀ ਹਾਰਟ ਡੇ ਬੋਰਡਿੰਗ ਪਬਲਿਕ ਸਕੂਲ ਕੀ ਬਹੁਤ ਹੈਲਪ ਕੀ ਹੈ। ਹਰ ਟਾਈਮ ਟਾਈਮ ਪੇ ਫੀਸ ਦੇਣਾ ਔਰ ਬੱਚੋਂ ਕਾ ਆਕੇ ਪਤਾ ਕਰਨਾ, ਇਹ ਪੂਰੀ ਹੈਲਪ ਮੁਝੇ ਪੇਰੈਂਟਸ ਸੇ ਮਿਲੀ ਹੈ। ਔਰ ਆਨੇ ਵਾਲੇ ਸਮੇਂ ਮੇਂ ਵੀ ਮੈਂ ਪੇਰੈਂਟਸ ਸੇ ਇਹ ਪ੍ਰਾਰਥਨਾ ਕਰਤੀ ਹੂੰ ਕਿ ਵੋ ਇਸੀ ਤਰ੍ਹਾਂ ਹਮੇ ਬੱਚੋਂ ਕਾ ਸਹਿਯੋਗ ਦੇਤੇ ਰਹੇ, ਪੇਰੈਂਟਸ ਮੀਟਿੰਗ ਅਟੈਂਡ ਕਰੇ, ਕੋਈ ਵੀ ਐਕਟੀਵਿਟੀਜ਼ ਮੇਂ ਬੱਚੋਂ ਕੋ ਪਾਰਟੀਸਪੇਟ ਕਰਨੇ ਕੇ ਲੀਏ ਹੈਲਪ ਕਰੇ, ਤਾਂ ਕਿ ਬੱਚੇ ਜੋ ਹੈ ਨਾ ਸਟੱਡੀ ਕੇ ਸਾਥ ਸਾਥ ਆਨੇ ਵਾਲੇ ਸਮੇਂ ਮੇਂ ਐਕਟੀਵਿਟੀਜ਼ ਮੇਂ ਵੀ ਆਗੇ ਨਿਕਲੇ, ਕਿਉਂਕਿ ਅਕੇਲੀ ਸਟੱਡੀ ਕੁਛ ਨਹੀਂ ਕਰਤੀ, ਸਾਥ ਮੇਂ ਸੰਸਕਾਰ, ਸਾਥ ਮੇਂ ਸਪੋਰਟਸ, ਇਹ ਚੀਜ਼ਾਂ ਵੀ ਬੱਚੋਂ ਕੇ ਲਾਈਫ ਕੇ ਲੀਏ ਬਹੁਤ ਜ਼ਰੂਰੀ ਹੈ, ਹੈਲਥ ਕੇ ਲੀਏ ਬਹੁਤ ਜ਼ਰੂਰੀ ਹੈ। ਤੋ ਮੈਂ ਬਤਾਉਣਾ ਚਾਹਤੀ ਹੂੰ ਕਿ 28th March ਸੇ ਹੋਲੀ ਹਾਰਟ ਡੇ ਬੋਰਡਿੰਗ ਪਬਲਿਕ ਸਕੂਲ ਕਾ 2022-23 ਕਾ ਸੈਸ਼ਨ ਸਟਾਰਟ ਹੋਣੇ ਜਾ ਰਿਹਾ ਹੈ, ਔਰ ਸਭੀ ਸਟੂਡੈਂਟਸ ਜਲਦੀ ਸੇ ਜਲਦੀ ਐਡਮਿਸ਼ਨ ਕਰਵਾਏ ਔਰ ਆਪਣੀ ਸਟੱਡੀ ਕੰਟੀਨਿਊ ਕਰੇ, ਤਾਂ ਕਿ ਆਨੇ ਵਾਲੇ ਸਮੇਂ ਮੇਂ ਜੋ ਪਿਛਲੀ ਕਮੀ ਹੈ ਉਸਕੋ ਹਮ ਪੂਰਾ ਕਰ ਸਕੇਂ। ਔਰ ਹੋਲੀ ਹਾਰਟ ਡੇ ਬੋਰਡਿੰਗ ਪਬਲਿਕ ਸਕੂਲ ਫਾਜ਼ਿਲਕਾ ਮੇਂ ਹੀ ਨਹੀਂ, ਪੂਰੇ ਪੰਜਾਬ ਮੇਂ ਆਪਣੀ ਛਾਪ ਜੋੜੇ। ਪਰ ਬੱਚੇ ਜੋ ਕੁਛ ਵੀ ਆਪਣੀ ਮੁਕਾਮ ਹਾਸਿਲ ਕਰਨਾ ਚਾਹਤੇ ਹੈ, ਆਪਣਾ ਏਮ ਰੱਖਿਆ, ਵੋ ਹਮ ਸਟਾਫ ਮੈਂਬਰ ਮਿਲ ਕੇ, ਮੈਨੇਜਮੈਂਟ ਔਰ ਪ੍ਰਿੰਸੀਪਲ ਮਿਲ ਕੇ ਉਨ ਬੱਚੋਂ ਕੀ ਇਤਨੀ ਹੈਲਪ ਕਰੇ ਕਿ ਵੋ ਆਪਣੇ ਮੁਕਾਮ ਤੱਕ ਪਹੁੰਚ ਸਕੇ। ਧੰਨਵਾਦ। ਔਰ ਧੰਨਵਾਦ ਮੈਂ RP ਲਾਈਫ ਕਾ ਕਰਨਾ ਚਾਹਤੀ ਹੂੰ, ਜੋ ਹਮੇਸ਼ਾ ਸਕੂਲ ਕੇ ਲੀਏ ਹਰ ਐਕਟੀਵਿਟੀਜ਼ ਕੇ ਲੀਏ ਆ ਕੇ ਹਮਾਰੀ ਹੈਲਪ ਕਰਤੇ ਹੈ ਔਰ ਵੀਡੀਓ ਸ਼ੇਅਰ ਕਰਤੇ ਹੈ, ਉਸਕੇ ਲੀਏ ਵੀ ਮੈਂ RP ਲਾਈਫ ਕਾ ਬਹੁਤ ਬਹੁਤ ਧੰਨਵਾਦ ਕਰਦੀ ਹੂੰ। ਅੱਜ ਫਾਜ਼ਿਲਕਾ ਦੇ ਹੋਲੀ ਹਾਰਟ ਡੇ ਬੋਰਡਿੰਗ ਪਬਲਿਕ ਸਕੂਲ ਦੇ ਵਿੱਚ ਵਾਰਸ਼ਿਕ ਪਰਿਣਾਮ ਘੋਸ਼ਿਤ ਕੀਤਾ ਗਿਆ ਅਤੇ ਐਨੁਅਲ ਡੇ ਫੰਕਸ਼ਨ ਵੀ ਮਨਾਇਆ ਗਿਆ। ਸ਼੍ਰੀਮਤੀ ਰੀਤੂ ਪੂਸਰੀ ਦੇ ਨੇਤਰਤਵ ਦੇ ਵਿੱਚ ਅੱਜ ਇਹ ਕਾਰਜਕ੍ਰਮ ਆਯੋਜਿਤ ਕੀਤਾ ਗਿਆ। ਫਾਜ਼ਿਲਕਾ ਦੇ ਵਿੱਚ ਹਰ ਸਾਲ ਸਕੂਲਾਂ ਦਾ ਰਿਜ਼ਲਟ ਤਾਂ ਆਉਂਦਾ ਹੈ, ਲੇਕਿਨ ਇਸ ਵਾਰ
जो रिजल्ट होली हार्ट डे बोर्डिंग पब्लिक स्कूल वालों दिता गया वह काफ़ी प्रशंसनीय साबित हो रहा है। फाजिलका के इस स्कूल का रिजल्ट 100% रहा है। बच्चों वालों करोना काल के दौरान मोबाइल के जरिए पढ़ाई की गई और इस पढ़ाई के तो बाद हम स्कूल वालों वार्षिक परीक्षा आयोजित की गई थी, जिस तो बाद बच्चों वालों बेहतर परिणाम लिए गए हैं, जिससे स्कूल की प्रिंसीपल श्रीमती रितु पूसरी और एडमिनिस्ट्रेटर श्रीमती शिल्पा पूसरी का सिर फकर के नाल उच्चा हो गया। उन्हां वालों सारे मापिया अते बच्चों नूं वधाइयां दित्तियां जा रही हैं, शुभकामनावां भी दित्तियां जा रही हैं। ਫਾਜ਼ਿਲਕਾ ਦੇ ਹੋਲੀ ਹਾਰਟ ਡੇ ਬੋਰਡਿੰਗ ਪਬਲਿਕ ਸਕੂਲ ਦੇ ਵਿੱਚ ਅੱਜ ਐਨੂਅਲ ਡੇ ਦੇ ਮੌਕੇ ਤੇ ਸਕੂਲ ਪ੍ਰਬੰਧਕਾਂ ਵੱਲੋਂ ਬੱਚਿਆਂ ਦੇ ਮਾਪਿਆਂ ਦੇ ਲਈ ਕਈ ਗੇਮਸ ਦਾ ਆਯੋਜਨ ਕੀਤਾ ਗਿਆ, ਜਿਸ ਦੇ ਵਿੱਚ ਭਾਗ ਲੈ ਕੇ ਬੱਚਿਆਂ ਦੇ ਮਾਪਿਆਂ ਵੱਲੋਂ ਵੀ ਆਪਣਾ ਬਚਪਨ ਯਾਦ ਕੀਤਾ ਗਿਆ। ਫਾਜ਼ਿਲਕਾ ਦੇ ਹੋਲੀ ਹਾਰਟ ਡੇ ਬੋਰਡਿੰਗ ਪਬਲਿਕ ਸਕੂਲ ਦਾ ਇਹ ਕਾਰਜਕ੍ਰਮ ਮਾਪਿਆਂ ਦੇ ਦਿਲਾਂ ਤੇ ਇੱਕ ਗਹਿਰੀ ਛਾਪ ਵੀ ਛੱਡ ਗਿਆ, ਜਿਸ ਦੀ ਫਾਜ਼ਿਲਕਾ ਦੇ ਚੱਪੇ ਚੱਪੇ ਤੇ ਪ੍ਰਸ਼ੰਸਾ ਕੀਤੀ ਜਾ ਰਹੀ ਹੈ। ਬੱਚਿਆਂ ਦੇ ਉਜਵਲ ਭਵਿੱਖ ਨੂੰ ਬਣਾਉਣ ਵਾਲੇ ਇਸ ਸਕੂਲ ਦੇ ਇਸ ਕਾਰਜਕ੍ਰਮ ਦੀ ਚਹੁੰਵਰ ਪ੍ਰਸ਼ੰਸਾ ਕੀਤੀ ਜਾ ਰਹੀ ਹੈ, ਜਿਸ ਦੇ ਲਈ ਸਕੂਲ ਦੀ ਪ੍ਰਿੰਸੀਪਲ ਸ਼੍ਰੀਮਤੀ ਰਿਤੂ ਪੂਸਰੀ ਅਤੇ ਪੂਰਾ ਸਟਾਫ ਵਧਾਈ ਦੇ ਪਾਤਰ ਹਨ।